ਇਹ ਜੀ ਸਪੈਸੀ ਸਿੰਘ ਖਾ ਕੇ ਸਭ ਖੁਸ਼ ਹੈ ਜੀ ਆਪਣੇ ਜਿਵੇਂ ਪੰਜਾਬੀ ਲੋਕ ਆਉਂਦੇ ਆ ਜਾਂ ਕੋਈ ਵੀ ਆਉਂਦੇ ਆ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਇਹ ਖਾ ਕੇ ਬਾਹਰ ਸਾਰੇ ਖੁਸ਼ ਹੁੰਦੇ ਆ ਹਾਏ ਹਾਏ ਕੀ ਬਾਤ ਦੋਸਤੋ ਗੱਲ ਤਾਂ ਸਹੀ ਹੈ ਦੋਸਤੋ ਕੀ ਹਾਲ ਚਾਲ ਲੋ ਜੀ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਸੈਕਟਰ 27 ਕਹਿੰਦੇ ਆ ਦੋਸਤੋ ਸੈਕਟਰ 27 ਦੇ ਵਿੱਚ ਇੱਕ ਖਾਣਾ ਸਪਾਈਸੀ ਸਿੰਘ ਕਰਕੇ ਇੱਕ ਆਊਟਲੈਟ ਹੈ ਜਿੱਥੇ ਕਹਿੰਦੇ ਕਿ ਖਾਣਾ ਸਿੰਘ ਸਾਹਿਬ ਬੜਾ ਹੀ ਸਪਾਈਸੀ ਬਣਾਉਂਦੇ ਨੇ ਕਰਾਲਾ ਬਣਾਉਂਦੇ ਨੇ ਚਟਕਾਰਾ ਬਣਾਉਂਦੇ ਨੇ ਅਤੇ ਦੋਸਤੋ ਕਿਹੋ ਜਿਹਾ ਉਹ ਆਊਟਲੈਟ ਹੈਗਾ ਆ ਕਿੱਦਾਂ ਦਾ ਖਾਣਾ ਹੈ ਕੀ ਟੇਸਟ ਆ ਕੀ ਸਪਾਈਸੀ ਯੂਜ ਕਰਦੇ ਨੇ ਆਓ ਤੁਹਾਨੂੰ ਦਿਖਾਉਂਦੇ ਹਾਂ ਪਰ ਇਹ ਲੱਭਦੇ ਨੇ ਕਿ ਇਹ ਹੈਗਾ ਕਿੱਥੇ ਆ ਆ ਜਾਓ ਮੇਰੇ ਨਾਲ ਦੋਸਤੋ ਸਪਾਈਸੀ ਸਿੰਘ ਅਸੀਂ ਪਹੁੰਚ ਚੁੱਕੇ ਹਾਂ ਮੇਰੇ ਪਿੱਛੇ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਸਪਾਈਸੀ ਸਿੰਘ ਦੇਖਦੇ ਹਾਂ ਕਿ ਇੱਥੇ ਵਿਜ਼ਿਟ ਕਰਕੇ ਕਿ ਕਿੱਦਾਂ ਦੀ ਲੁੱਕ ਹੈ ਅੰਦਰੋਂ ਪਲੱਸ ਨਾਲੇ ਨਾਲ ਖਾਣਾ ਵੀ ਟੇਸਟ ਕਰਾਂਗੇ ਕਹਿੰਦੇ ਪਰੌਂਠੇ ਬੜੇ ਵਧੀਆ ਬਣਾਉਂਦੇ ਹਾਂ ਪਰੌਂਠੇ ਵੀ ਛਕਾਂਗੇ ਅਤੇ ਕਿਹੋ ਜਿਹੇ ਸਪਾਈਸਿਸ ਨੇ ਕਿਹੋ ਜਿਹੇ ਫਲੇਵਰਸ ਨੇ ਉਹ ਸਾਰਾ ਕੁਝ ਦੱਸਦੇ ਛੋਟੀ ਜਿਹੀ ਵਿਜ਼ਿਟ ਤੋਂ ਬਾਅਦ ਆ ਜਾਓ ਸਾਡੇ ਨਾਲ ਦੋਸਤੋ ਇਹ ਤਾਂ ਸੀਗੀ ਛੋਟੀ ਜਿਹੀ ਵਿਜ਼ਿਟ ਉਸ ਤੋਂ ਬਾਅਦ ਹੁਣ ਅਸੀਂ ਕੁਝ ਖਾਣ ਨੂੰ ਔਡਰ ਵੀ ਕੀਤਾ ਔਡਰ ਕੀ ਕੀਤਾ ਉਹ ਤੁਹਾਨੂੰ ਦੱਸਾਂਗੇ ਥੋੜ੍ਹੀ ਦੇਰ ਬਾਅਦ ਪਰ ਉਸ ਤੋਂ ਪਹਿਲਾਂ ਸਾਡੇ ਸਾਹਮਣੇ ਕੁਝ ਕਸਟਮਰ ਬੈਠੇ ਨੇ ਇਹਨਾਂ ਤੋਂ ਲਵਾਂਗੇ ਕੁਝ ਰਿਵਿਊਜ਼ ਕਿ ਹਾਂ ਕਿ ਕਿੰਨੇ ਟਾਈਮ ਤੋਂ ਆਏ ਨੇ ਦੇਖ ਰਹੇ ਕਿ ਪਰੌਂਠੇ ਛੱਕ ਅੱਧੇ ਛੱਕ ਹਟੇ ਜਿਹੜੇ ਅੱਧੇ ਖਾ ਰਹੇ ਨੇ ਤਾਂ ਹੁਣ ਦੇਖਦੇ ਹਾਂ ਕਿ ਇਹਨਾਂ ਦਾ ਟੇਸਟ ਕਿੱਦਾਂ ਦਾ ਉਹ ਜਾਣਦੇ ਇਹਨਾਂ ਤੋਂ ਆ ਜਾਓ ਸਾਡੇ ਨਾਲ ਭਾਅ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆਪਣਾ ਮੇਰਾ ਜੀ ਕੁਲਵਿੰਦਰ ਨਾਮ ਕੁਲਵਿੰਦਰ ਜੀ ਕਿੰਨੇ ਦੇਰ ਤੋਂ ਆ ਰਹੇ ਤੁਸੀਂ ਇੱਥੇ ਅਸੀਂ ਲਗਭਗ ਹੋ ਗਏ ਜੀ ਲਗਾਤਾਰ ਹੀ ਸਵੇਰੇ ਦੇ ਪਰੌਂਠੇ ਦਾ ਰੋਜ਼ ਹੀ ਖਾ ਰਹੇ ਹਾਂ ਲਗਭਗ ਅਤੇ ਮਹੀਨਾ ਹੋ ਗਿਆ ਸਾਨੂੰ ਜੀ ਜੀ ਕੀ ਬਾਤ ਹੈ ਤੁਸੀਂ ਮਹੀਨੇ ਤੋਂ ਆ ਰਹੇ ਹੋ ਲਗਾਤਾਰ ਲਗਭਗ ਪਰੌਂਠੇ ਇੱਥੇ ਖਾਂਦੇ ਹੋ ਕਿੱਦਾਂ ਦਾ ਟੇਸਟ ਹੈ ਇੱਥੇ ਸਪਾਈਸੀ ਸਿੰਘ ਦਾ ਕਿ ਐਕਚੁਅਲ 'ਚ ਸਪਾਈਸਿਸ ਹੈਗੇ ਨੇ ਜਾਂ ਸਿਰਫ ਨਾਮ ਹੀ ਹੈ ਨਹੀਂ ਵਾਕਈ ਮਤਲਬ ਕਾਫੀ ਵਧੀਆ ਪਰੌਂਠੇ ਹੁੰਦੇ ਨੇ ਅਤੇ ਫਰੈਸ਼ ਬਣਾਉਂਦੇ ਨੇ ਅਤੇ ਬੜੀਆ ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ ਕਿਆ ਬਾਤ ਹੈ ਦੋਸਤੋ ਬਾਈ ਤਾਂ ਕਹਿ ਰਿਹਾ ਕਿ ਟੇਸਟ ਵਧੀਆ ਸਪਾਈਸਿਸ ਹੁੰਦੇ ਨੇ ਫਲੇਵਰਸ ਵੀ ਹੈਗੇ ਅਤੇ ਸਰਵਿਸ ਵੀ ਅੱਛੀ ਆ ਯਾਰ ਕਸਟਮਰ ਇੰਨਾ ਵਧੀਆ ਰਿਵਿਊ ਦੇ ਰਹੇ ਨੇ ਤਾਂ ਅਸੀਂ ਵੀ ਔਡਰ ਕੀਤਾ ਆ ਕੀ ਔਡਰ ਕੀਤਾ ਪਰੌਂਠੇ ਅਸੀਂ ਵੀ ਛਕਾਂਗੇ ਤੁਹਾਨੂੰ ਦੱਸਾਂਗੇ ਵੀ ਕਿ ਇਹਨਾਂ ਕਿੱਦਾਂ ਦਾ ਟੇਸਟ ਹੈ ਕਿੱਦਾਂ ਦੇ ਸਪਾਈਸਿਸ ਦੇ ਫਲੇਵਰਸ ਨੇ ਅਤੇ ਉਹ ਦੋਸਤੋ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹੰਗਰੀ ਮੌਸਰ ਬੱਲੀ ਦੇ ਵਿੱਚ ਤਾਂ ਦੋਸਤੋ ਹੁਣ ਅਸੀਂ ਮਿਲਾਂਗੇ ਇੱਥੇ ਦੇ ਓਨਰ ਨਾਲ ਅਤੇ ਜਾਣਾਂਗੇ ਉਹਨਾਂ ਸਿੰਘ ਸਾਹਿਬ ਤੋਂ ਕਿ ਸਪਾਈਸੀ ਸਿੰਘ ਦੀ ਕੀ ਸਪੈਸ਼ਲਿਟੀਜ਼ ਨੇ ਕੀ ਉਹਨਾਂ ਦੇ ਫਲੇਵਰਸ ਨੇ ਅਤੇ ਕਿੰਨਾ ਟਾਈਮ ਹੋਇਆ ਖੁੱਲ੍ਹੇ ਨੂੰ ਸਾਰੀਆਂ ਗੱਲਾਂ ਜਾਣਾਂਗੇ ਮਿਲਦੇ ਹਾਂ ਇੱਥੇ ਦੇ ਓਨਰ ਜਿਹੜੇ ਕਿ ਬਿਲਕੁਲ ਮੇਰੇ ਨਾਲ ਬੈਠੇ ਨੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਪਣਾ ਮੇਰਾ ਨਾਮ ਗੁਰਮੀਤ ਸਿੰਘ ਕਿੰਗਰਾ ਜੀ ਓਕੇ ਗੁਰਮੀਤ ਭਾਅ ਜੀ ਮੈਨੂੰ ਇਹ ਦੱਸੋ ਆਪਣਾ ਸਪਾਈਸੀ ਸਿੰਘ ਕਿੰਨਾ ਟਾਈਮ ਹੋਇਆ ਓਪਨ ਹੋਏ ਨੂੰ ਹੋ ਗਿਆ 2.5 ਮਹੀਨੇ ਜੀ 2.5 ਮਹੀਨੇ ਹੋਏ ਦੋਸਤ ਯਾਨੀ ਕਿ ਰੀਸੈਂਟ ਓਪਨ ਹੋਇਆ ਨਵਾਂ ਚੀਜ਼ਾਂ ਵਧੀਆ ਹੋਣਗੀਆਂ ਤੁਸੀਂ ਇੱਕ ਵਾਰ ਵਿਜ਼ਿਟ ਕਰਿਓ ਅਤੇ ਮੈਨੂੰ ਇਹ ਦੱਸੋ ਭਾਅ ਜੀ ਕਿ ਆਪਣੇ ਇੱਥੇ ਸਪਾਈਸੀ ਸਿੰਘ ਦੇ ਵਿੱਚ ਮੇਨ ਸਪੈਸ਼ਲਿਟੀਜ਼ ਕਿ ਜਿਹਦਾ ਨਾਮ ਹੈ ਇੱਕ ਸਪਾਈਸੀ ਸਿੰਘ ਅਤੇ ਤੁਹਾਡੇ ਫੂਡ ਦੇ ਵਿੱਚ ਕਿ ਸਪਾਈਸੀ ਜ਼ਿਆਦਾ ਤੁਸੀਂ ਇੱਕ ਮੋਟਿਵ ਰੱਖਿਆ ਜਾਂ ਜਿਹੜੇ ਆਪਣੇ ਸਪਾਈਸੀ ਦੇ ਫਲੇਵਰਸ ਹੁੰਦੇ ਉਹਨਾਂ ਮੋਟਿਵ ਰੱਖਿਆ ਕੀ ਇੱਕ ਇਹਦੇ ਪਿੱਛੇ ਰੀਜ਼ਨ ਨੇ ਨਾਮ ਰੱਖਣ ਦੇ ਪਿੱਛੇ ਇਹ ਜੀ ਸਪਾਈਸੀ ਸਿੰਘ ਖਾ ਕੇ ਸਭ ਖੁਸ਼ ਹੈ ਜੀ ਆਪਣੇ ਜਿਵੇਂ ਪੰਜਾਬੀ ਲੋਕ ਆਉਂਦੇ ਆ ਜਾਂ ਕੋਈ ਵੀ ਆਉਂਦੇ ਆ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਇਹ ਖਾ ਕੇ ਬਾਹਰ ਸਾਰੇ ਖੁਸ਼ ਹੁੰਦੇ ਆ ਕਿਆ ਬਾਤ ਦੋਸਤੋ ਗੱਲ ਤਾਂ ਸਹੀ ਹੈ ਯਾਰ ਕਿ ਪੰਜਾਬੀ ਜਿਹੜੇ ਜਿੰਨੇ ਵੀ ਹੁੰਦੇ ਆ ਖਾ ਕੇ ਤਾਂ ਆਉਂਦਾ ਮਸਾਲੇ ਵਾਲੀਆਂ ਚੀਜ਼ਾਂ ਸਪਾਈਸੀ ਤਿੱਖਾ ਇਹੀ ਸਵਾਦ ਲੱਗਦਾ ਆ ਅੱਛਾ ਭਾਅ ਜੀ ਮੈਨੂੰ ਇਹ ਦੱਸੋ ਕਿ ਆਪਣੇ ਸਪਾਈਸੀ ਸਿੰਘ ਦੇ ਵਿੱਚ ਕਿੰਨੀਆਂ ਡਿਸ਼ਿਜ਼ ਨੇ ਤਾਂ ਉਸ 'ਚ ਮੇਨ ਸਪੈਸ਼ਲਿਟੀਜ਼ ਤੁਹਾਡੀਆਂ ਕੀ ਕੀ ਨੇ ਜੋ ਸੁਬਾਹ ਦਾ ਜਿਹੜਾ ਨਾਸ਼ਤਾ ਹੁੰਦਾ ਜੀ ਨਾਸ਼ਤੇ ਵਿੱਚ ਆਲੂ ਪਰੌਂਠਾ ਅਤੇ ਪਿਆਜ਼ ਪਰੌਂਠਾ ਮਿਕਸ ਪਰੌਂਠਾ ਗੋਭੀ ਪਰੌਂਠਾ ਮੂਲੀ ਪਰੌਂਠਾ ਅਤੇ ਪਨੀਰ ਪਰੌਂਠਾ ਕਿਆ ਬਾਤ ਆ ਦੋਸਤੋ ਯਾਨੀ ਕਿ ਜੇ ਬ੍ਰੇਕਫਾਸਟ 'ਚ ਆਉਂਦੇ ਜਿਹੜੇ ਮੇਰੇ ਵਰਗੇ ਪਰੌਂਠਿਆਂ ਦੇ ਸ਼ੌਕੀਨ ਆ ਪਰੌਂਠਿਆਂ ਦੀ ਘਾਟ ਨਹੀਂ ਹੈ ਯਾਰ ਜਿਹੜੇ ਮਰਜ਼ੀ ਖਾਓ ਨਾਲੇ ਰੱਜ ਕੇ ਖਾਓ ਆਏ ਹੈ ਸਵਾਦ ਆ ਦਿਓ ਹਾਂਜੀ ਭਾਈ ਹਾਂਜੀ ਜਿਹੜਾ ਆਪਣਾ ਨੋਨ ਵੈਜ ਥਾਲੀ ਦੇ ਵਿੱਚ ਜਿਹੜਾ ਹੈਗਾ ਜੀ ਆਪਣੀ ਜਿਹੜੀ ਥਾਲੀ ਹੈਗੀ ਹੈ ਇੱਕ ਹੈਗੀ 60 ਰੁਪਏ ਦੀ ਓਕੇ ਇੱਕ ਹੈਗੀ 80 ਰੁਪਏ ਦੀ ਕੀ ਫਰਕ ਹੈ 100 ਰੁਪਏ ਦੀ ਅਤੇ 120 ਰੁਪਏ ਦੀ ਥਾਲੀ ਦੇ ਵਿੱਚ ਕਿਆ ਬਾਤ ਹੈ ਜਿਹੜੀ ਸਾਡੀ ਥਾਲੀ ਹੈਗੀ ਹੈ ਇਹਦੇ ਵਿੱਚ ਜਿਹੜੀ ਸਾਡੀ 60 ਰੁਪਏ ਦੀ ਥਾਲੀ ਹੈ ਇਹਨੂੰ ਵੈਜ ਥਾਲੀ ਕਿਹਾ ਜਾਂਦਾ ਹੈ 2 ਸਬਜ਼ੀ ਜੀਰਾ
ਰਾਈਸ ਸਲਾਦ ਅਤੇ ਚਾਰ ਰੋਟੀ। ਡੀਲਕਸ ਥਾਲੀ ਹੈ ਜਿਹੜੀ, ਇੱਕ ਪਨੀਰ, ਦੋ ਸਬਜ਼ੀ, ਰਾਇਤਾ, ਪਲਾਓ, ਪਾਪੜ, ਸਲਾਦ, ਦੋ ਨਾਨ, ਲੱਛਾ, ਪਰੌਂਠਾ ਜਾਂ ਆਈਸਕ੍ਰੀਮ ਲੈ ਸਕਦੇ ਹਾਂ ਅਤੇ ਜਾਂ ਖੀਰ ਜਾਂ ਰਸਗੁੱਲਾ ਇਹਦੇ ਵਿੱਚ ਲੈ ਸਕਦੇ ਹਾਂ ਜੀ। ਅਤੇ ਤੀਜੇ ਨੰਬਰ 'ਤੇ ਜਿਹੜਾ ਹੈਗਾ ਜੀ ਆਪਣਾ ਨੌਨ ਵੈਜ ਥਾਲੀ ਹੈ, ਅਤੇ ਇਹਦੇ ਵਿੱਚ ਇੱਕ ਚਿਕਨ ਸਬਜ਼ੀ, ਇੱਕ ਸਬਜ਼ੀ, ਰਾਈਸ, ਸਲਾਦ, ਚਾਰ ਰੋਟੀ ਜੀ। ਅਤੇ ਚਿਕਨ ਸੁਮਰੀਬ ਥਾਲੀ ਹੈ ਜਿਹਦੇ ਵਿੱਚ ਜੀ ਇਹਦੇ 120 ਰੁਪਏ ਜਿਹੜੀ ਥਾਲੀ ਹੈ, ਇੱਕ ਚਿਕਨ, ਇੱਕ ਚਿਕਨ ਸਬਜ਼ੀ, ਦੋ ਸਬਜ਼ੀ, ਰਾਇਤਾ, ਪਲਾਓ, ਪਾਪੜ, ਸਲਾਦ, ਦੋ ਨਾਨ, ਲੱਛਾ, ਪਰੌਂਠਾ ਅਤੇ ਆਈਸਕ੍ਰੀਮ ਜੀ। ਇਹ ਸਾਡੀਆਂ ਚਾਰ ਪ੍ਰਕਾਰ ਦੀਆਂ ਥਾਲੀਆਂ ਜੀ। ਕਿਆ ਬਾਤ ਹੈ ਦੋਸਤੋ ਯਾਰ, ਕਿ ਪਰੌਂਠਿਆਂ 'ਤੇ ਵਰਾਇਟੀਆਂ ਵਾਧੂ ਨੇ, ਥਾਲੀਆਂ ਦੇ ਵਿੱਚ ਵੀ ਚਾਰ ਤਰ੍ਹਾਂ ਦੀਆਂ ਥਾਲੀਆਂ ਨੇ, ਉਸਦੇ ਵਿੱਚ ਵਰਾਇਟੀਜ਼ ਆਏ ਹੈ ਦੋਸਤੋ। ਸੁਣ ਕੇ ਪਾਣੀ ਆਉਂਦਾ ਮੁੱਚਿਆ, ਅਤੇ ਜਿਸ ਟਾਈਮ ਸਾਹਮਣੇ ਪਈਆਂ ਹੋਣ ਫਿਰ ਕਿਆ ਹਾਲ ਹੋਊਗਾ, ਸਵਾਦ ਹੀ ਆ ਜਾਊਗਾ। ਤਾਂ ਦੋਸਤੋ ਸਹੀ ਗੱਲ ਦੱਸਿਆ ਯਾਰ, ਚੰਡੀਗੜ੍ਹ ਸੈਕਟਰ 27 ਦੇ ਵਿੱਚ ਸਪਾਈਸਿਸ ਸਿੰਘ ਕਰਕੇ ਇੱਕ ਆਊਟਲੈਟ ਹੈ, ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਅਤੇ ਆਪਣੇ ਮਨਪਸੰਦ ਦੀ ਕੁਜ਼ੀਨ ਜ਼ਰੂਰ ਟਰਾਈ ਕਰੋ। ਚਾਹੇ ਤੁਸੀਂ ਵੈੱਜ ਦੇ ਵਿੱਚ ਖਾਂਦੇ ਹੋ, ਚਾਹੇ ਤੁਸੀਂ ਨੌਨ ਵੈੱਜ ਖਾਂਦੇ ਹੋ, ਹਰ ਚੀਜ਼ ਅਵੇਲੇਬਲ ਹੈ ਤੁਹਾਡੇ ਲਈ। ਆਓ, ਕਿੱਦਾਂ ਤੁਹਾਡਾ ਟੇਸਟ ਹੈ, ਕਿੱਦਾਂ ਦਾ ਐਕਸਪੀਰੀਅੰਸ ਹੈ, ਸਾਨੂੰ ਨੀਚੇ ਕਮੈਂਟ ਬਾਕਸ 'ਚ ਜ਼ਰੂਰ ਦੱਸੋ। ਅਤੇ ਇਸੇ ਨਾਲ ਸਿੰਘ ਸਾਹਿਬ ਤੋਂ ਲੈਂਦੇ ਅਸੀਂ ਇਜਾਜ਼ਤ, ਤਾਂ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਅਤੇ ਤੁਹਾਨੂੰ ਦੱਸਾਂਗੇ ਬ੍ਰੇਕ ਤੋਂ ਬਾਅਦ ਕਿ ਜੋ ਅਸੀਂ ਔਡਰ ਕੀਤਾ ਆ ਉਹ ਕਿੱਦਾਂ ਦਾ ਉਹਦਾ ਟੇਸਟ ਹੈ, ਕਿੱਦਾਂ ਦੇ ਸਪਾਈਸਿਸ ਨੇ ਅਤੇ ਕੀ ਫਲੇਵਰ ਹੈ। ਤਾਂ ਲੈਂਦੇ ਇੱਕ ਛੋਟਾ ਜਿਹਾ ਬ੍ਰੇਕ। ਦੋਸਤੋ ਔਡਰ ਕੀਤੇ ਸੀਗੇ ਕੁਝ ਪਰੌਂਠੇ ਨਾਲ ਓਮਲੇਟ ਅਤੇ ਦਹੀਂ ਬਟਰ ਅਤੇ ਨਾਲ ਕੌਫੀ ਅਤੇ ਚਾਹ। ਸਾਰਾ ਕੁਝ ਦੇਖ ਸਕਦੇ ਹੋ, ਮੇਰੇ ਸਾਹਮਣੇ ਆ ਚੁੱਕਿਆ, ਤੁਸੀਂ ਵੀ ਦੇਖ ਸਕਦੇ ਹੋ। ਤਾਂ ਦੋਸਤੋ ਇਹਦਾ ਟੇਸਟ ਕਿੱਦਾਂ ਦਾ ਆ ਤੁਹਾਨੂੰ ਹੁਣੀ ਦੱਸਦੇ ਹਾਂ, ਖਾ ਕੇ ਕਿ ਕਿੰਨੇ ਕੁ ਸਪਾਈਸੀ ਨੇ, ਕਿੱਦਾਂ ਦੇ ਫਲੇਵਰਸ ਨੇ। ਇੱਕ ਸੈਕਿੰਡ 'ਤੇ ਬ੍ਰੇਕ ਲੈ ਕੇ ਤੁਹਾਨੂੰ ਦੱਸਦੇ ਹਾਂ। ਤੋ ਜਿਹੜਾ ਮੈਂ ਔਡਰ ਕਰਿਆ ਸੀਗਾ, ਇੱਕ ਮੈਂ ਕਰਿਆ ਸੀ ਪਨੀਰ ਪਰਾਂਠਾ, ਤੁਸੀਂ ਦੇਖ ਸਕਦੇ ਹੋ ਸਟਫਿੰਗ ਵਿੱਚ ਪਨੀਰ ਦੀ ਹੈਗੀ। ਇੱਕ ਮੈਂ ਕੀਤਾ ਹੈ ਗੋਭੀ ਪਰੌਂਠਾ, ਨਾਲ ਕੌਫੀ ਹੈ, ਦਹੀਂ ਹੈ ਅਤੇ ਮੂਲੀ ਵਾਲਾ ਪਰੌਂਠਾ ਵੀ ਹੈਗਾ, ਖਾਵਾਂਗੇ, ਟੈਨਸ਼ਨ ਨਾ ਲਓ। ਮੈਂ ਤੁਹਾਨੂੰ ਪਨੀਰ ਪਰੌਂਠਾ ਦਾ ਟੇਸਟ ਦਿਖਾਉਂਦੇ ਹਾਂ। ਦੋਸਤੋ ਸਹੀ ਗੱਲ ਦੱਸਾਂ, ਪਨੀਰ ਦਾ ਟੇਸਟ ਤਾਂ ਹੁੰਦਾ ਹੀ ਹੁੰਦਾ, ਪਲੱਸ ਸਪਾਈਸਿਸ ਦਾ ਫਲੇਵਰ ਦਾ ਪਤਾ ਲੱਗਦਾ ਕਿ ਹਾਂ ਕੀ ਚੀਜ਼ਾਂ ਵਿੱਚ ਪਈਆਂ ਨੇ, ਕਿਹੋ ਜਿਹਾ ਟੇਸਟ ਹੈ, ਮਜ਼ਾ ਆ ਰਿਹਾ। ਦੋਸਤੋ ਬਾਰ ਬਾਰ ਕਹਿ ਰਿਹਾ, ਚੰਡੀਗੜ੍ਹ ਆਓ, ਸੈਕਟਰ 27। ਜਿਹੜੇ ਚੰਡੀਗੜ੍ਹ ਤੋਂ ਬਾਹਰ ਵੀ ਰਹਿੰਦੇ ਨੇ, ਕਦੇ ਵੀ ਚੰਡੀਗੜ੍ਹ ਆਏ ਹੋਵੋ ਤਾਂ ਸੈਕਟਰ 27 ਦੇ ਵਿੱਚ ਜ਼ਰੂਰ ਆਇਓ। ਸਪਾਈਸਿਸ ਇੰਗ ਕਰਕੇ ਆਊਟਲੈਟ ਹੈ, ਆ ਕੇ ਚਾਹੇ ਤੁਸੀਂ ਬ੍ਰੇਕਫਾਸਟ ਕਰੋ, ਲੰਚ ਕਰੋ, ਡਿਨਰ ਕਰੋ, ਆਪਣੀ ਮਨਪਸੰਦ ਦਾ ਕੁਜ਼ੀਨ ਜ਼ਰੂਰ ਟਰਾਈ ਕਰੋ। ਅਤੇ ਕਿੱਦਾਂ ਦਾ ਐਕਸਪੀਰੀਅੰਸ ਅਤੇ ਟੇਸਟ ਹੈ ਇੱਕ ਵਾਰੀ ਸਾਨੂੰ ਜ਼ਰੂਰ ਦੱਸਿਓ। ਦੋਸਤੋ ਇੱਕ ਗੱਲ ਹੋਰ, ਜਿਹੜੇ ਮੇਰੇ ਨਵੇਂ ਵਿਊਰਸ ਨੇ, ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ, ਪਲੱਸ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ। ਹੰਗਰੀ ਮੌਨਸਟਰ ਬੱਲੀ ਦੇ ਨਾਮ 'ਤੇ ਯੂਟਿਊਬ 'ਤੇ ਚੈਨਲ ਆ, ਸਬਸਕ੍ਰਾਈਬ ਕਰੋ, ਕਮੈਂਟ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਆਪਣੇ ਪਸੰਦ ਦੇ ਟੇਸਟ ਦੀਆਂ ਵੀਡੀਓਜ਼ ਨੂੰ ਮੇਰੇ ਨਾਲ ਇੰਜੋਏ ਕਰੋ। ਅਤੇ ਦੋਸਤੋ ਜਦ ਤੱਕ ਮੈਂ ਕਰਦਾ ਫਿਨਿਸ਼, ਤੁਸੀਂ ਵੀ ਵਲੋਗ ਨੂੰ ਇੰਜੋਏ ਕਰੋ, ਮੈਂ ਵੀ ਆਪਣਾ ਫੂਡ ਇੰਜੋਏ ਕਰਦਾ। ਅਤੇ ਨੈਕਸਟ ਟਾਈਮ ਮਿਲਾਂਗੇ ਤੁਹਾਨੂੰ ਇੱਕ ਨਵੇਂ ਟੇਸਟ ਅਤੇ ਨਵੀਂ ਪਲੇਸ ਦੇ ਨਾਲ। ਤਦ ਤੱਕ ਦੇ ਦੋਸਤੋ ਰੱਬ ਰੱਖਾ।